ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵੱਡਾ ਬੱਕਰੀਆਂ ਦਾ ਦੁੱਧ ਚੁਆਈ ਦਾ ਮੇਲਾ ਆਪਾਂ ਲਗਾਤਾਰ 1 ਮਹੀਨੇ ਤੋਂ ਸਾਰੇ ਭਰਾਵਾਂ ਨੂੰ ਨੋਟ ਕਰਵਾ ਰਹੇ ਹਾਂ। ਦਿਨ ਵਿਚਾਲੇ ਸਿਰਫ 2 ਜਾਂ 3 ਹੀ ਰਹਿੰਦੇ ਨੇਗੇ। ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਦੇ ਵੱਲੋਂ ਬਹੁਤ ਸੋਹਣਾ ਉੱਦਮ ਉਪਰਾਲਾ, ਜਿਹੜਾ ਪਹਿਲੀ ਵਾਰ ਦੁੱਧ ਚੁਆਈ ਦਾ ਮੁਕਾਬਲਾ ਹੋਣ ਜਾ ਰਿਹਾ। ਅਤੇ ਦੂਸਰੀ ਗੱਲਬਾਤ, ਬੱਕਰੀਆਂ ਦੀ ਟ੍ਰੇਨਿੰਗ ਹੋਣੀ ਹੈਗੀ। ਬਾਬਾ ਜੀ ਪੂਰੀ ਗੱਲਬਾਤ ਆਪਾਂ ਨੂੰ ਮੰਡੀ ਦੇ ਓਨਰ ਬੈਠੇ ਨੇਗੇ, ਇਹ ਦੱਸਣਗੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਦੇ ਜੋ ਮੋਹਤਵਰ ਸੱਜਣ ਨੇ, ਸਾਬਕਾ ਸਰਪੰਚ ਸਾਧੂ ਸਿੰਘ ਜੀ, ਜੋ ਕਿ ਕੈਨੇਡਾ ਦੇ ਵਿੱਚ ਵੀ ਨੇ ਅਤੇ ਇੱਧਰ ਆ ਕੇ ਸਾਡੇ ਕੋਲ ਮੰਡੀ 'ਤੇ ਗੇੜਾ ਮਾਰ ਕੇ ਜਾਂਦੇ ਨੇ। ਸਾਬਕਾ ਸਰਪੰਚ ਸਿਕੰਦਰ ਸਿੰਘ ਜੀ ਧਨੋਆ, ਉਹ ਵੀ ਸਾਡੇ ਨਾਲ ਮੰਡੀ ਦੇ ਵਿੱਚ ਸਹਿਯੋਗ ਕਰ ਰਹੇ ਨੇ। ਜੋ ਮੌਜੂਦਾ ਸਰਪੰਚ ਨੇ ਬਲਵੀਰ ਸਿੰਘ ਜੀ ਗੈਲ ਸੈਂਟਰੀ ਵਾਲੇ, ਉਹ ਵੀ ਸਾਡੇ ਵਿਚਕਾਰ ਬੈਠੇ ਨੇ। ਬਾਕੀ ਸਾਡੇ ਪਤਵੰਤੇ ਸੱਜਣ, ਜੋ ਮੰਡੀ ਦੇ ਸਾਡੇ ਸਹਿਯੋਗੀ ਸੱਜਣ ਅਸਲਮ ਖਾਨ ਜੀ ਜਾਂ ਹੋਰ ਜਿੰਨੇ ਵੀ ਮੇਰੇ ਵੀਰ ਨੇ, ਅਸੀਂ ਸਾਰਿਆਂ ਦਾ ਤੁਹਾਡੇ ਚੈਨਲ ਜ਼ਰੀਏ ਸਭ ਦਾ ਧੰਨਵਾਦ ਕਰਦੇ ਹਾਂ। ਪਾਲੀ ਅਤੇ ਵਪਾਰੀ ਵੀਰਾਂ ਦਾ ਧੰਨਵਾਦ। ਨਾਲ ਹੀ ਵੀਰੇ ਬੇਨਤੀ ਕਰਦੇ ਹਾਂ ਕਿ ਜਿੱਦਾਂ ਅਸੀਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਾਂ, ਅਤੇ ਤੁਸੀਂ ਵੀ ਆਪਣਾ ਜ਼ੋਰ ਲਾ ਰਹੇ ਹੋ, ਬੱਕਰੀਆਂ ਨੂੰ ਤਿਆਰ ਕਰ ਰਹੇ ਹੋ। ਬੱਕਰੀਆਂ ਦੀ ਦੁੱਧ ਚਵਾਈ ਦਾ ਸਭ ਤੋਂ ਵੱਡਾ ਮੇਲਾ ਜੋ 24, 25 ਅਤੇ 26 ਤਰੀਕ ਨੂੰ ਮੁੱਲਾਪੁਰ ਮੱਕਰਾ ਮੰਡੀ ਵਿੱਚ ਹੋਣ ਜਾ ਰਿਹਾ, ਜਿਹਦੇ ਵਿੱਚ 24 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਪਹੁੰਚਣਗੀਆਂ। ਤਕਰੀਬਨ ਲਗਭਗ 6 ਵਜੇ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ। ਚਵਾਈ ਲੱਗੂਗੀ 25 ਦੀ ਸਵੇਰ ਦੀ, 25 ਦੀ ਸ਼ਾਮ ਦੀ, 26 ਦੀ ਸਵੇਰ ਦੀ, 3 ਡੰਗ ਦੀ ਚਵਾਈ ਲਾ ਕੇ ਦੁੱਧ ਨਾਪਿਆ ਜਾਊਗਾ, ਦੁੱਧ ਦਾ ਤੋਲ ਰਿਜ਼ਲਟ ਕੱਢਿਆ ਜਾਊ। 26 ਤਰੀਕ ਨੂੰ 9-10 ਵਜੇ ਨੂੰ ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ। ਜਿਹੜੇ ਬੱਕਰੀਆਂ ਦੇ ਨਾਮਾਂ ਦਾ ਵੇਰਵਾ ਵੀਰੇ, ਪਹਿਲਾ ਇਨਾਮ 21,000 ਵੱਡਾ ਕੱਪ ਅਤੇ ਨਾਲ ਇੱਕ ਝੁੱਲੀ, ਇੱਕ ਝੋਲਾ ਬੱਕਰੀਆਂ ਵਾਲਿਆਂ ਨੂੰ ਦਿੱਤਾ ਜਾਊਗਾ। ਲਗਭਗ ਜਿਹੜਾ 25,000 ਦਾ ਟੋਟਲ ਇਨਾਮ ਬਣੂਗਾ, ਕੱਪ ਝੁੱਲੀ ਅਤੇ ਇਹ ਬਾਕੀ ਸਮਾਨ ਪਾ ਕੇ। ਸਾਰੇ ਵੀਰਾਂ ਨੂੰ ਬੇਨਤੀ ਆ ਕਿ 15 ਬੱਕਰੀਆਂ ਨੂੰ ਇਨਾਮ ਦਿੱਤਾ ਜਾਊਗਾ ਕ੍ਰਮਵਾਰ। 15ਵੀਂ ਬੱਕਰੀ ਨੂੰ 1 ਕੱਪ ਅਤੇ 2,000 ਨਗਦ ਇਨਾਮ। ਵੀਰਾਂ ਨੂੰ ਬੇਨਤੀ ਆ, ਜਿਨ੍ਹਾਂ ਕੋਲ ਕਿਸੇ ਪ੍ਰਕਾਰ ਦੀ ਵੀ ਬੱਕਰੀ ਆਏ, ਨਾ ਸਮਝੋ ਕਿ ਇਕੱਲੀ ਬੀਟਲ ਜਾਂ ਕ੍ਰੋਸ ਬੀਟਲ ਜਾਂ ਹੋਰ ਨਹੀਂ ਆ ਸਕਦੀ, ਸਾਰੀਆਂ ਬੱਕਰੀਆਂ ਭਾਰ ਲੈ ਸਕਦੀਆਂ। ਜਿਹੜੀ ਨਸਲ ਬੱਕਰੀ ਦੀ ਆ ਉਹ ਕੋਈ ਵੀ ਹੋਵੇ, ਪਰ ਜਾਤ ਨਸਲ ਜਾਤ ਬੱਕਰੀ ਹੋਵੇ, ਬੱਕਰੀ ਦੇ ਦੁੱਧ ਚਵਾਈ ਦੇ ਵਿੱਚ ਉਹ ਭਾਗ ਲੈ ਸਕਦੇ ਨੇ। ਵੱਧ ਤੋਂ ਵੱਧ ਬੱਕਰੀਆਂ 24 ਤਰੀਕ ਨੂੰ ਸਾਡੇ ਕੋਲ ਸ਼ਾਮ ਨੂੰ ਪਹੁੰਚ ਜਾਣ। ਕੁਛ ਐਂਟਰੀ ਫੀਸ ਵੀ ਰੱਖੀ ਹੈ ਜਾਂ ਨਹੀਂ? ਐਂਟਰੀ ਫੀਸ ਆ ਜੀ ਬਾਕੀ ਮੇਲਿਆਂ 'ਤੇ 1,000 ਰੁਪਈਆ, ਅਤੇ ਆਪਾਂ 700 ਰੁਪਈਆ ਫੈਸਲਾ ਹੋਇਆ ਸਾਰੇ ਬੱਕਰੀਆਂ ਵਾਲੇ ਨਾਲ ਰਹਿ ਕਰਕੇ। ਬੱਕਰੀਆਂ ਦੀ ਜਿਹੜੀ ਐਂਟਰੀ ਫੀਸ ਆ ਉਹ 700 ਰੁਪਈਆ ਹੋਊਗੀ ਜੀ, ਅਤੇ ਬੱਕਰੀਆਂ ਵਾਲੇ ਆਪਣਾ ਬਿਸਤਰਾ ਨਾਲ ਲੈ ਕੇ ਆਉਣ, ਖਾਣ ਪੀਣ ਦਾ ਪ੍ਰਬੰਧ ਮੰਡੀ ਬੰਨੀ ਉਹ ਕੀਤਾ ਜਾਊਗਾ। ਅਤੇ ਜਿਹੜਾ 25 ਤਰੀਕ ਦੀ ਸਵੇਰ ਦਾ ਪ੍ਰੋਗਰਾਮ ਆ, ਦੁੱਧ ਚਵਾਈ ਦੇ ਟਾਈਮ ਤੋਂ ਬਾਅਦ ਇੱਕ ਇੱਥੇ ਟ੍ਰੇਨਿੰਗ ਕੈਂਪ ਲੱਗੂਗਾ ਜੀ 25 ਤਰੀਕ ਨੂੰ ਦਿਨੇ, ਜਿਹਦੇ ਵਿੱਚ ਕਮਰਸ਼ੀਅਲ ਗੋਟ ਫਾਰਮ ਹਰਿਆਣੇ ਵਾਲੇ ਵੀਰ ਟ੍ਰੇਨਿੰਗ ਦੇਣਗੇ, ਅਤੇ ਉਹਦੇ ਵਿੱਚ ਹੋਰ ਵੀ ਸਾਡੇ ਡਾਕਟਰ ਵੀਰ ਪਹੁੰਚ ਰਹੇ ਨੇ। ਉਹਦੀ ਜਿਹੜੀ ਫੀਸ ਆ 5,000 ਆ ਜੀ, ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਊਗਾ। ਜਿੰਨੇ ਵੀਰਾਂ ਨੇ ਭਾਗ ਲੈਣਾ ਵਾ ਉਹ ਸਾਡੇ ਕੋਲ 25 ਨੂੰ ਸਵੇਰੇ 9 ਵਜੇ ਨੂੰ ਪਹੁੰਚ ਜਾਣ, ਅਤੇ 25 ਤਰੀਕ ਦੀ ਰਾਤ ਨੂੰ ਜਿਹੜੇ ਵੀਰਾਂ ਦੇ ਸਾਨੂੰ ਕਹਿਣ 'ਤੇ ਸਾਡੇ ਸਿਆਣੇ ਪਤਵੰਤੇ ਬਜ਼ੁਰਗ, ਸਾਡੇ ਪਿਓ ਦਾਦਿਆਂ ਦੀ ਉਮਰ ਦੇ ਸਮਾਨ, ਜਿਹੜੇ ਕਿ ਅਸੀਂ ਸੋਚਦੇ ਹੁੰਦੇ ਵੀ ਇਹ ਬੰਦੇ ਮੱਝਾਂ ਚਾਰਦੇ ਸੀ ਜਾਂ ਗਾਈਆਂ ਚਾਰਦੇ ਸੀ ਜਾਂ ਬੱਕਰੀਆਂ ਵਾਲਿਆਂ ਦੇ ਮੱਝਾਂ ਗਾਈਆਂ ਵਾਲਾ ਬੈਠਣੀ ਬੈਠਣੀ ਸੀ ਇਹਨਾਂ ਦੀ, ਉਹਨਾਂ ਦੀ ਜਿਹੜੀ ਰੂਹ ਦੀ ਖੁਰਾਕ ਸੀ ਮੇਲਿਆਂ ਦੇ ਵਿੱਚ ਪੁਰਾਣਾ ਗਾਉਣ, ਜਿਹੜਾ ਬਿਲਕੁਲ ਸੱਭਿਆਚਾਰ ਸੀ ਸਾਡੇ ਪੰਜਾਬ ਦਾ, ਅੱਜ ਵਾਲੇ ਗਾਉਣ ਨਹੀਂ ਹੈਗੇ, ਜਿਹੜਾ ਪੁਰਾਣਾ ਸੱਭਿਆਚਾਰ ਸੀ, ਅਲਗੋਜਿਆਂ ਨਾਲ ਗਾਉਣਾ, ਤੂੰਬਿਆਂ ਨਾਲ ਗਾਉਣਾ, ਢੱਡਾਂ ਦੇ ਨਾਲ ਢਾਡੀਆਂ ਵਾਂਗੂ ਗਾਉਣਾ, ਚੁਰਲੇ ਵਾਲੀਆਂ ਪੱਗਾਂ ਅਤੇ ਚਾਦਰੇ ਕੁੜਤੇ ਪਜਾਮੇ ਪਾ ਕੇ ਆਉਣਾ ਉਹਨਾਂ ਨੇ। ਅਤੇ ਉਹ ਵੀਰ ਅਸੀਂ ਕੀਤੇ ਨੇ 2 ਪਾਰਟੀਆਂ, ਉਹ 25 ਤਰੀਕ ਦੀ ਰਾਤ ਨੂੰ ਤਕਰੀਬਨ 8 ਵਜੇ ਤੋਂ ਲੈ ਕੇ 10-11 ਵਜੇ ਤੱਕ ਤੁਹਾਡਾ ਮਨੋਰੰਜਨ ਕਰਨਗੇ ਇਸੇ ਜਗ੍ਹਾ 'ਤੇ ਮੰਡੀ ਦੇ ਵਿੱਚ, ਅਤੇ 26 ਨੂੰ ਸਵੇਰੇ ਸਾਜਰੇ ਵੀਰੇ ਰਿਜ਼ਲਟ ਅਨਾਊਂਸ ਕੀਤੇ ਜਾਣਗੇ।
ਵੱਧ ਤੋਂ ਵੱਧ ਬੇਨਤੀ ਆ ਵੀਰਾਂ ਨੂੰ ਕਿ ਇਹ ਮੇਲੇ ਦੇ ਵਿੱਚ ਪਹੁੰਚੋ, ਪੂਰਾ ਵਧੀਆ ਮੇਲਾ ਹੋਊਗਾ। ਅਤੇ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਦੱਸਦੇ ਹਾਂ ਕਿ ਪੰਜਾਬ ਦਾ ਪਹਿਲਾ ਮੇਲਾ ਹੋਊਗਾ ਜਿਹਦੇ ਵਿੱਚ ਲੈਬ ਚਵਾਈ ਹੋਊਗੀ। ਨੋਟ ਕਰ ਲਓ ਜਿਹੜਾ ਮੈਂ ਚੈਨਲ ਦੱਸਣ ਲੱਗਿਆ। ਵੈਸੇ ਸਾਡੇ ਸਾਰੇ ਚੈਨਲ ਸਿੱਧੇ ਲੈਬ ਚਲਾਉਂਦੇ ਨੇ ਫੇਸਬੁੱਕ ਯੂਟਿਊਬ 'ਤੇ, ਪਰ ਉਹ ਇੱਕ ਸਪੈਸ਼ਲ ਚੈਨਲ ਆਊਗਾ ਗੁਰਸਾਹਿਬ ਟੀਵੀ, ਜਿਹੜਾ ਕਿ ਬੱਕਰੀਆਂ ਦੀ ਚਵਾਈ ਵੀ ਦਿਖਾਊਗਾ ਵੀ ਆਹ ਚੋਰ ਆਏ ਨੇ, ਅਤੇ ਬੱਕਰੀਆਂ ਦਾ ਮਾਪਾ ਹੋ ਰਿਹਾ ਦੁੱਧ ਦਾ, ਉਹਦੀ ਤਲਾਈ ਹੋ ਰਹੀ ਆ, ਕੰਡਾ ਵੀ ਲੈਬ 'ਚ ਦਿਖਾਵਾਂਗੇ ਵੀ ਇਹਦਾ ਕਿੰਨੇ ਕਿਲੋ ਕਿੰਨੇ ਗ੍ਰਾਮ ਦੁੱਧ ਹੋਇਆ। ਕੋਈ ਕਿਸੇ ਦਾ ਉਹਲਾ ਨਹੀਂ ਹੋਊਗਾ, ਸਾਰਾ ਪ੍ਰੋਗਰਾਮ ਸਾਹਮਣੇ ਚੱਲੂਗਾ। ਜਿਹੜੀਆਂ ਭੈਣਾਂ ਬੀਬੀਆਂ ਘਰੇ ਬੈਠੀਆਂ ਬੱਕਰੀਆਂ ਵਾਲੇ ਵੀਰ ਬੱਕਰੀਆਂ ਲੈ ਕੇ ਆਏ ਨੇ, ਉਹ ਤੁਸੀਂ ਮੇਲੇ ਦਾ ਆਨੰਦ ਘਰੇ ਬੈਠੇ ਮਾਣ ਸਕਦੇ ਹੋ ਯੂਟਿਊਬ ਰਾਹੀਂ। ਅਤੇ ਇਹ ਵੀ ਧਿਆਨ ਰੱਖਿਓ, ਗੁਰਸਾਹਿਬ ਟੀਵੀ ਨੋਟ ਕਰ ਲਓ, ਜਿਨ੍ਹਾਂ ਨੇ ਬੱਕਰੀਆਂ ਲੈ ਕੇ ਆਉਣਾ। ਸਾਨੂੰ ਬੜੀ ਦੂਰ ਦੂਰ ਤੋਂ ਫੋਨ ਆ ਰਿਹਾ ਬੱਕਰੀਆਂ ਦੇ, ਅਤੇ ਜਿਸ ਤਰ੍ਹਾਂ ਬਠਿੰਡੇ ਤੋਂ ਹੋ ਗਿਆ, ਸਾਬੋ ਕੀ ਤਲਵੰਡੀ ਤੋਂ, ਮੁਕਤਸਰ ਤੋਂ ਹੋ ਗਿਆ, ਪਟਿਆਲੇ ਤੋਂ ਹੋ ਗਿਆ, ਅਤੇ ਹੋਰ ਹਰਿਆਣੇ 'ਚੋਂ ਵੀ ਬੱਕਰੀਆਂ ਆ ਰਹੀਆਂ ਨੇ ਆਪਣੇ ਕੋਲ। ਬਹੁਤ ਵੱਡਾ ਮੇਲਾ ਹੋਊਗਾ, ਅਤੇ ਮੇਲੇ ਦੇ ਜਿਹੜੇ ਪ੍ਰਬੰਧ ਹੋਣਗੇ ਪੂਰੇ ਵਧੀਆ ਹੋਣਗੇ। ਸਾਡੇ NRI ਵੀਰ ਸਾਡੇ ਕੋਲ ਬੈਠੇ ਨੇ। ਜਿਹੜਾ ਇਹ ਮੇਲਾ, ਤੁਹਾਨੂੰ ਦੱਸ ਦਈਏ ਕਿ ਮੇਲਾ ਕਿਉਂ ਕਰਾ ਰਹੇ ਹਾਂ, ਕੌਣ ਕਰਾ ਰਿਹਾ ਇਹ ਮੇਲਾ। ਬਾਈ ਜੀ ਸਵਰਗਵਾਸੀ ਬਾਈ ਰਣਜੀਤ ਸਿੰਘ ਬੋਪਾ ਰਾਏ ਕਲਾਂ, ਉਹਨਾਂ ਦੀ ਯਾਦ ਦੇ ਵਿੱਚ ਹੋ ਰਿਹਾ। ਉਹਨਾਂ ਦੇ ਲੈਗ ਸਪੁੱਤਰ ਬਾਈ ਰਵਿੰਦਰ ਸਿੰਘ ਕੈਨੇਡਾ, ਜਿਹੜੇ ਬੋਪਾ ਰਾਏ ਕਲਾਂ ਦੇ ਜੰਪਲ ਨੇ, ਉਹਨਾਂ ਵੱਲੋਂ ਇਹ ਮੇਲਾ ਸਪੌਂਸਰ ਕੀਤਾ ਜਾ ਰਿਹਾ, ਬੱਕਰਾ ਮੰਡੀ ਨੂੰ ਸਹਿਯੋਗ ਦਿੱਤਾ ਜਾ ਰਿਹਾ ਵਾ। ਇਹ ਮੇਲੇ ਦੇ ਸਾਰਾ ਵੱਡਾ ਖਰਚਾ ਬਾਈ ਰਵਿੰਦਰ ਸਿੰਘ ਜੀ ਕਰ ਰਹੇ ਨੇ, ਜਿਹਦੇ ਵਿੱਚ ਤਿੰਨ ਬੰਦਿਆਂ ਨੂੰ ਸਨਮਾਨਿਤ ਕੀਤਾ ਜਾਊਗਾ, ਮਿੱਠੂ ਧਨੌਲਾ, ਰਾਜੂ ਦੜਬਾ ਅਤੇ ਖਾਨ ਸਾਹਿਬ। ਇਹ ਤਿੰਨ ਜਿਹੜੇ ਸਾਡੇ ਦਲਾਲ ਨੇ, ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਬਾਕੀ ਚੈਨਲ ਵਾਲੇ ਵੀਰਾਂ ਦਾ, ਜੋ ਸਾਡੇ ਪ੍ਰਬੰਧਕ ਹੋਣਗੇ, ਉਹਨਾਂ ਦਾ ਮਾਣ ਸਤਿਕਾਰ ਮੌਕੇ 'ਤੇ ਕੀਤਾ ਜਾਵੇਗਾ। ਅਤੇ ਵੱਧ ਤੋਂ ਵੱਧ ਮੇਰੇ ਵੀਰ ਪਹੁੰਚੋ, ਇਹ ਆਸ ਰੱਖਦੇ ਹਾਂ ਕਿ ਜਿਹੜੇ ਮੇਲੇ ਨੇ ਇਹਨਾਂ ਨੂੰ ਤੁਸੀਂ ਕਾਮਯਾਬ ਕਰਨਾ, ਕਿ ਸਾਡੇ ਹੋਰ ਵੀ ਪਿੰਡਾਂ ਦੇ ਵਿੱਚ ਮੇਲੇ ਵਧੀਆ ਤਰੀਕੇ ਨਾਲ ਹੋਣ, ਵਧੀਆ ਇਨਾਮ ਦਿੱਤੇ ਜਾਣ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਆਪਾਂ, ਅਤੇ ਤੁਸੀਂ ਇਹ ਚੀਜ਼ਾਂ ਨੋਟ ਕਰ ਲਓ। ਬਾਕੀ ਸਕਰੀਨ 'ਤੇ ਆਪਾਂ ਨੰਬਰ ਦੇ ਰਹਾਂਗੇ, ਸੰਪਰਕ ਕਰ ਸਕਦੇ ਹੋਗੇ। ਵੱਧ ਤੋਂ ਵੱਧ ਹੁੰਮ ਹੁਮਾ ਕੇ ਮੇਲੇ ਦੇ ਵਿੱਚ ਪਹੁੰਚੋ ਅਤੇ ਯਾਦਗਾਰੀ ਮੇਲਾ ਬਣਾਓ। ਧੰਨਵਾਦ ਜੀ।